ਬੰਧੇਰ ਪੰਨੂ ਦੀ ਜਥੇਬੰਦੀ ਹਮੇਸ਼ਾ ਸੰਯੁਕਤ ਮੋਰਚੇ ਤੋਂ ਵੱਖ ਰਹੀ ਹੈ। ਸੰਯੁਕਤ ਮੋਰਚੇ 'ਚ ਕਦੇ ਸ਼ਾਮਲ ਨਹੀਂ ਹੋਈ। ਵੀ ਪਹਿਲਾਂ ਸੰਯੁਕਤ ਮੋਰਚਾ ਇੱਕ ਸੀ, ਇਹ ਤਿੰਨ ਕਿਉਂ ਬਣ ਗਏ? ਤਿੰਨ ਕਿਹਦੇ ਬਣਾਤੇ? ਡੱਲੇਵਾਲ ਸਾਹਿਬ ਸੰਯੁਕਤ ਮੋਰਚੇ ਦਾ ਹਿੱਸਾ ਰਹੇ ਨੇ, ਉਹਨਾਂ ਨੇ ਵੱਖਰਾ ਮੋਰਚਾ ਕਿਉਂ ਬਣਾ ਲਿਆ? ਬੰਧੇਰ ਸਾਹਿਬ ਸੰਯੁਕਤ ਮੋਰਚੇ ਦਾ ਪਾਰਟ ਹੀ ਨਹੀਂ ਰਹੇ, ਉਹਨਾਂ ਨੇ ਇੱਕ ਮੋਰਚਾ ਹੋਰ ਤਾਂ ਬਣਾ ਲਿਆ, ਉਹ ਸ਼ਾਮਿਲ ਕਿਉਂ ਨਹੀਂ ਹੋਏ? ਗੱਲ ਸਵਾਲ ਕਿਉਂ ਨਹੀਂ ਉੱਠਿਆ? ਜਿੰਨੇ ਤੁਸੀਂ ਬੈਠੇ ਹੋ, ਤੁਸੀਂ ਜਥੇਬੰਦਕ ਲੋਕ ਹੋ, ਜਿਹੜੇ ਖੁੰਡਾਂ 'ਤੇ ਬੈਠੇ ਨੇ, ਜਿਨ੍ਹਾਂ ਨੇ ਕਦੇ ਮੋਰਚੇ 'ਚ ਨਹੀਂ ਆਉਣਾ, ਉਹਨਾਂ ਵੱਲੇ ਇੱਕ ਗੱਲ ਆ ਰਹੀ ਹੈ ਕਿ ਜੇ ਦਿੱਲੀ ਦਾ ਮੋਰਚਾ ਜਦੋਂ ਜਿੱਤ ਲਿਆ ਸੀ ਕਿ ਇੱਕ ਹਫ਼ਤਾ ਹੋਰ ਬਹਿ ਜਾਂਦੇ, 10 ਦਿਨ ਹੋਰ ਬਹਿ ਜਾਂਦੇ, MSP ਦਾ ਗਰੰਟੀ ਕਾਨੂੰਨ ਬਣ ਕੇ ਸਾਡੇ ਹੱਥ 'ਚ ਆ ਜਾਣਾ ਸੀ। ਕਰ ਦਿਓ, ਐਂ ਕਰ ਦਿਓ, ਇਹ ਜਵਾਨੀ ਪੁਲਿਸ ਦੀਆਂ ਗੋਲੀਆਂ ਨਾਲ ਮਰਨ ਵਾਸਤੇ ਤਾਂ ਨਹੀਂ ਅਸੀਂ ਨੇ ਜੰਮੀ ਬਈ। ਇਕੱਲਾ ਇਕੱਲਾ ਪੁੱਤ ਹੈ, ਭੈਣਾਂ ਬੈਠੀਆਂ ਨੇ, ਅੱਧਾ ਘੰਟਾ ਲੇਟ ਹੋ ਜਾਏ ਸ਼ਾਮ ਨੂੰ, ਗਲ ਵਿੱਚ ਦੀ ਬੁਰਕੀ ਨਹੀਂ ਲੰਘਦੀ, ਜਿਹਦਾ ਮੁੜ ਕੇ ਆਉਣਾ ਹੀ ਨਹੀਂ, ਉਹਨੂੰ ਕਰੋੜ ਜਾਂ 10 ਕਰੋੜ ਅਤੇ 100 ਕਰੋੜ ਦਾ ਕੀ ਫਿਲੇਸ ਹੈ? ਇਹ ਠੀਕ ਹੈ, ਬੇਬਸੀ ਜੀ ਸਾਰਾ ਕੁਛ ਹੁੰਦਾ, ਲੱਗਦੀਆਂ ਨੇ, ਪਰ ਇੱਕ ਸਾਥੀ ਬੰਧੇਰ ਪੰਨੂ ਦੀ ਜਥੇਬੰਦੀ ਹਮੇਸ਼ਾ ਸੰਯੁਕਤ ਮੋਰਚੇ ਤੋਂ ਵੱਖ ਰਹੀ ਹੈ, ਸੰਯੁਕਤ ਮੋਰਚੇ 'ਚ ਕਦੇ ਸ਼ਾਮਲ ਨਹੀਂ ਹੋਈ। ਵੀ ਪਹਿਲਾਂ ਸੰਯੁਕਤ ਮੋਰਚਾ ਇੱਕ ਸੀ, ਇਹ ਤਿੰਨ ਕਿਉਂ ਬਣ ਗਏ? ਤਿੰਨ ਕਿਹਦੇ ਬਣਾਤੇ? ਡੱਲੇਵਾਲ ਸਾਹਿਬ ਸੰਯੁਕਤ ਮੋਰਚੇ ਦਾ ਹਿੱਸਾ ਰਹੇ ਨੇ, ਉਹਨਾਂ ਨੇ ਵੱਖਰਾ ਮੋਰਚਾ ਕਿਉਂ ਬਣਾ ਲਿਆ? ਬੰਧੇਰ ਸਾਹਿਬ ਸੰਯੁਕਤ ਮੋਰਚੇ ਦਾ ਪਾਰਟ ਹੀ ਨਹੀਂ ਰਹੇ, ਉਹਨਾਂ ਨੇ ਇੱਕ ਮੋਰਚਾ ਹੋਰ ਤਾਂ ਬਣਾ ਲਿਆ, ਉਹ ਸ਼ਾਮਿਲ ਕਿਉਂ ਨਹੀਂ ਹੋਏ? ਗੱਲ ਸਵਾਲ ਕਿਉਂ ਨਹੀਂ ਉੱਠਿਆ? ਜਿੰਨੇ ਤੁਸੀਂ ਬੈਠੇ ਹੋ, ਤੁਸੀਂ ਜਥੇਬੰਦਕ ਲੋਕ ਹੋ, ਜਿਹੜੇ ਖੁੰਡਾਂ 'ਤੇ ਬੈਠੇ ਨੇ, ਜਿਨ੍ਹਾਂ ਨੇ ਕਦੇ ਮੋਰਚੇ 'ਚ ਨਹੀਂ ਆਉਣਾ, ਉਹਨਾਂ ਵੱਲੋਂ ਇੱਕ ਗੱਲ ਆ ਰਹੀ ਹੈ ਕਿ ਜੇ ਦਿੱਲੀ ਦਾ ਮੋਰਚਾ ਜਦੋਂ ਜਿੱਤ ਲਿਆ ਸੀ ਕਿ ਇੱਕ ਹਫ਼ਤਾ ਹੋਰ ਬਹਿ ਜਾਂਦੇ, 10 ਦਿਨ ਹੋਰ ਬਹਿ ਜਾਂਦੇ, MSP ਦਾ ਗਰੰਟੀ ਕਾਨੂੰਨ ਬਣ ਕੇ ਸਾਡੇ ਹੱਥ 'ਚ ਆ ਜਾਣਾ ਸੀ। ਕਰ ਦਿਓ, ਐਂ ਕਰ ਦਿਓ, ਇਹ ਜਵਾਨੀ ਪੁਲਿਸ ਦੀਆਂ ਗੋਲੀਆਂ ਨਾਲ ਮਰਨ ਵਾਸਤੇ ਤਾਂ ਨਹੀਂ ਅਸੀਂ ਨੇ ਜੰਮੀ ਬਈ। ਇਕੱਲਾ ਇਕੱਲਾ ਪੁੱਤ ਹੈ, ਭੈਣਾਂ ਬੈਠੀਆਂ ਨੇ, ਅੱਧਾ ਘੰਟਾ ਲੇਟ ਹੋ ਜਾਏ ਸ਼ਾਮ ਨੂੰ, ਗਲ ਵਿੱਚ ਦੀ ਬੁਰਕੀ ਨਹੀਂ ਲੰਘਦੀ, ਜਿਹਦਾ ਮੁੜ ਕੇ ਆਉਣਾ ਹੀ ਨਹੀਂ,
ਉਹਨੂੰ ਕਰੋੜ ਜਾਂ 10 ਕਰੋੜ ਅਤੇ 100 ਕਰੋੜ ਦਾ ਕੀ ਫਿਲੇਸ ਹੈ? ਇਹ ਠੀਕ ਹੈ ਬੇਬਸੀ ਜੀ ਸਾਰਾ ਕੁਛ ਹੁੰਦਾ ਹੈ, ਲੱਗਦੀਆਂ ਨੇ, ਪਰ ਇੱਕ ਸਾਥੀ